संगत जी की आप सब नु पता हैगा कि तन तन श्री गुरु गोबिंद सिंह जी महाराज दी पवित्र आत्मा दा अपनी माता गुजरी जी दे गर्भ विच प्रकाश केड़े स्थान ते होया सी। संगत जी की आप सब नु पता हैगा कि तन तन श्री गुरु गोबिंद सिंह जी महाराज दी पवित्र आत्मा दा अपनी माता गुजरी जी दे गर्भ विच प्रकाश केड़े स्थान ते होया सी। ऐ जानन तो पहले आप सब नाल फतेह दी सांझ पाने आ। वाहेगुरु जी का खालसा, वाहेगुरु जी की फतेह। ओ सारिया गुरु नानक नाम लेवा संगतां जिहड़ियां देश विदेशां च बैठ के रोजाना साडा इह प्रोग्राम स्पिरिचुअल जर्नी ऑफ द टर्बन ट्रैवलर यात्रा दशम पिता श्री गुरु गोबिंद सिंह जी महाराज साढ़े यूट्यूब चैनल द टर्बन ट्रैवलर ते नाल ही पीटीसी सिमरन ते रोजाना वेखदियां ने उन्हां सारिआं दा इक बार खैर मकदम जी आयां नूं ते बहुत बहुत स्वागत। कल रात असीं देर नाल पुज्जे सीगे उस स्थान दे उत्ते जिन्हों तीन तीन गुरुआं दी चरण छोह प्राप्त है। बनारस तो चल इलाहाबाद पहुंचण विच सानू कल लगे तकरीबन 4 घंटे। सवेरा होया सुखा नाल एक नवे दिन की शुरुआत हुई ते हुण असीं चाले पा रहे हैं अपने होटल तो उस स्थान दे उत्ते जाण वास्ते जिन्हों गुरुद्वारा श्री पक्की संगत प्रयागराज या इलाहाबाद दे नां तों जाणिया जांदा हैगा। ਇਹ ਸਥਾਨ ਦਿੱਲੀ ਤੋਂ ਤਕਰੀਬਨ 750 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਪ੍ਰਯਾਗਰਾਜ ਦਾ ਜਿਹੜਾ ਰੇਲਵੇ ਸਟੇਸ਼ਨ ਹੈਗਾ ਉਹ ਹੈਗਾ ਕੋਈ 7 ਕਿਲੋਮੀਟਰ ਦੂਰ। ਏਅਰਪੋਰਟ 12 ਕਿਲੋਮੀਟਰ ਦੂਰ ਹੈ ਤੇ ਬੱਸ ਸਟੈਂਡ 2 ਕਿਲੋਮੀਟਰ ਦੂਰ। ਅਸੀਂ ਜਿਸ ਵਕਤ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਕੀਤੀਆਂ ਸੀਗੀਆਂ ਅਸੀਂ ਇਸ ਸਥਾਨ ਤੇ ਇੱਕ ਵਾਰੀ ਪਹਿਲੇ ਵੀ ਆ ਚੁੱਕੇ ਹੈਗੇ। ਇਸ ਸਥਾਨ ਦਾ ਬੜਾ ਡੂੰਘਾ ਇਤਿਹਾਸ ਹੈਗਾ, ਕਾਫੀ ਸਾਰੀਆਂ ਨਿਸ਼ਾਨੀਆਂ ਗੁਰੂ ਸਾਹਿਬਾਨ ਤੋਂ ਸੰਬੰਧਿਤ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਨੇ ਜਿਹਦੇ ਅੱਜ ਇਸ ਐਪੀਸੋਡ ਵਿੱਚ ਆਪ ਜੀ ਦਰਸ਼ਨ ਕਰੋਗੇ। ਆਓ ਤੁਸੀਂ ਚਲੋ ਸਾਡੇ ਨਾਲ ਗੁਰਦੁਆਰਾ ਸ਼੍ਰੀ ਪੱਕੀ ਸੰਗਤ ਸਾਹਿਬ ਤੇ ਇਸ ਯਾਤਰਾ ਦਾ ਆਨੰਦ ਮਾਣੋ। ਰਮਜ਼ਾ ਤੇਰੀਆਂ ਵੇ ਬਾਬਾ ਵਾਵਾ, ਰਮਜ਼ਾ ਤੇਰੀਆਂ, ਵਾਹਿਗੁਰੂ ਜੀ ਵਾਹਿਗੁਰੂ ਵਾਵਾ, ਰਮਜ਼ਾ ਤੇਰੀਆਂ ਵੇ ਬਾਬਾ ਵਾਵਾ, ਰਮਜ਼ਾ ਤੇਰੀਆਂ ਵੇ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ, ਵਾਹਿਗੁਰੂ ਜੀ ਵਾਹਿਗੁਰੂ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ, ਬਾਬਾ ਮਿਲਣ ਦਲੇਰੀਆਂ ਵਾਵਾ ਰਮਜ਼ਾਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ ਵਾਵਾ, ਰਮਜ਼ਾਂ ਤੇਰੀਆਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ ਵਾਵਾ, ਰਮਜ਼ਾਂ ਤੇਰੀਆਂ। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ, ਵਾਹਿਗੁਰੂ ਜੀ ਵਾਹਿਗੁਰੂ, ਕਰ ਕੋਈ ਨਾ ਸਕਦਾ ਓ ਜੋ ਤੁਸਾਂ ਨੇ ਕਰਿਆ ਸੀ ਜੀ, ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ, ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ, ਦਾਤਾ ਮਿਲਣ ਬਥੇਰੀਆਂ ਵਾਵਾ ਰਮਜ਼ਾਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ। ਇਲਾਹਾਬਾਦ ਦੀ ਭੀੜੀ ਭੀੜੀ ਗਲੀਆਂ ਵਿੱਚੋਂ ਹੁੰਦੇ ਹਵਾਂਦੇ ਤਕਰੀਬਨ 2 ਘੰਟੇ ਦੇ ਵਿੱਚ ਸਿਵਲ ਲਾਈਨਸ ਤੋਂ ਅਸੀਂ ਆ ਪੁੱਜੇ ਹੈਗੇ ਹਾਂ ਗੁਰਦੁਆਰਾ ਪੱਕੀ ਸੰਗਤ, ਜਿਹੜਾ ਕਿ ਅਯਾਪੁਰ ਵਿੱਚ ਸਥਿਤ ਹੈ। ਇਲਾਕਾ ਇਹਦਾ ਮਾਲਵੀ ਨਗਰ ਪੈਂਦਾ ਹੈਗਾ। ਜੇ ਆਪ ਜੀ ਨੇ ਵੀ ਆਪਣੀ ਗੱਡੀ ਦੁਆਰਾ ਇਸ ਸਥਾਨ 'ਤੇ ਪੁੱਜਣਾ ਹੈਗਾ ਤੇ ਇਹ ਸਮਝ ਕੇ ਚੱਲੋ ਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਅਤੇ ਜਾਂ ਤਾਂ ਤੁਸੀਂ ਬਾਹਰ ਕਿਤੇ ਠਹਿਰੇ ਹੈਗੇ ਹੋ ਅਤੇ 3-wheeler 'ਤੇ ਜਾਂ ਇੱਥੇ ਦਾ ਜਿਹੜਾ ਬੈਟਰੀ ਵਾਲਾ ਰਿਕਸ਼ਾ ਹੈ ਉਹਦੇ 'ਤੇ ਆਓ, ਜਾਂ ਫਿਰ ਸਵੇਰੇ ਸਵੇਰੇ ਅਰਲੀ ਮਾਰਨਿੰਗ ਆਓ 6 ਵਜੇ 7 ਵਜੇ ਜਿਸ ਵਕਤ ਰਸ਼ ਨਾ ਹੋਵੇ। ਗੁਰਦੁਆਰਾ ਸ਼੍ਰੀ ਪੱਕੀ ਸੰਗਤ ਇੱਕ ਐਸਾ ਸਥਾਨ ਇਲਾਹਾਬਾਦ ਯਾਨੀ ਕਿ ਪ੍ਰਯਾਗਰਾਜ ਵਿੱਚ ਜਿਹਨੂੰ ਤਿੰਨ ਤਿੰਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ। ਆਪ ਜੀ ਨੂੰ ਸਾਰਿਆਂ ਦਾ ਇਤਿਹਾਸ ਦੱਸਾਂਗੇ, ਸਭ ਤੋਂ ਪਹਿਲੇ ਆਪ ਜੀ ਨਾਲ ਅੰਦਰ ਜਾਵਾਂਗੇ, ਦਰਸ਼ਨ ਕਰਾਂਗੇ, ਅਰਦਾਸ ਕਰਾਂਗੇ, ਉਸ ਤੋਂ ਉਪਰੰਤ ਅਸੀਂ ਆਪ ਹੀ ਇਤਿਹਾਸ ਦੱਸਾਂਗੇ ਅਤੇ ਗਿਆਨੀ ਜੀ ਤੋਂ ਵੀ ਆਪ ਜੀ ਨੂੰ ਇੱਥੇ ਦਾ ਇਤਿਹਾਸ ਸਰਵਣ ਕਰਾਵਾਂਗੇ।
आओ चलो ਤੁਸੀਂ ਵੀ ਸਾਡੇ ਨਾਲ ਤੇ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਪੱਕੀ ਸੰਗਤ ਸਾਹਿਬ ਜੀ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਰਾਂਗ ਸੰਗੇ ਅਪੰਗੰ ਵਿਪੂਤੇ दुकालं प्रणासी दयालं सरूपे सरांग संगे अपंगं विपूते दुकालं प्रणासी दयालं सरूपे सरांग ਸੰਗਤ ਜੀ। ਹੁਣ ਅਸੀਂ ਆਪ ਜੀ ਨਾਲ ਸਾਂਝ ਪਾਉਂਦੇ ਹੈਗੇ ਹਾਂ ਇਸ ਇਤਿਹਾਸਿਕ ਸਥਾਨ ਦੇ ਉੱਤੇ ਆਏ ਹੋਏ ਤਿੰਨ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਬਾਰੇ ਵਿੱਚ। ਸਭ ਤੋਂ ਪਹਿਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਵੱਲ ਇਸ ਸਥਾਨ ਦੇ ਉੱਤੇ ਪੁੱਜਦੇ ਨੇ। ਕੁਝ ਸਮੇਂ ਰੁਕਣ ਤੋਂ ਬਾਅਦ ਉਹ ਅੱਗੇ ਫਿਰ ਚਾਲੇ ਪਾ ਜਾਂਦੇ ਨੇ। ਉਹਨਾਂ ਤੋਂ ਸੰਬੰਧਿਤ ਕੋਈ ਜ਼ਿਆਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਵਿੱਚ ਦੇਖਣ ਨੂੰ ਨਹੀਂ ਮਿਲਦਾ। ਮੁੱਖ ਰੂਪ ਨਾਲ ਇਹ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਤੋਂ ਸੰਬੰਧ ਰੱਖਦਾ ਹੈਗਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧ ਰੱਖਦਾ ਹੈਗਾ। ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੇ ਬਾਰੇ ਵਿੱਚ ਗੱਲ ਕਰਨ ਤੋਂ ਪਹਿਲੇ ਆਪ ਜੀ ਨਾਲ ਗੱਲ ਕਰਨੇ ਹੈਗੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਦੇ ਉੱਤੇ ਉਸ ਵਕਤ ਪੁੱਜੇ ਜਿਸ ਵਕਤ ਉਹ ਅਸਾਮ ਦੀ ਯਾਤਰਾ ਕਰ ਰਹੇ ਸੀਗੇ। ਨਾਲ ਉਹਨਾਂ ਦਾ ਪੂਰਾ ਪਰਿਵਾਰ ਸੀਗਾ, ਉਹਨਾਂ ਦੀ ਮਾਤਾ ਜੀ ਮਾਤਾ ਨਾਨਕੀ ਜੀ, ਉਹਨਾਂ ਦੀ ਪਤਨੀ, ਉਹਨਾਂ ਦੀ ਸੁਪਤਨੀ ਮਾਤਾ ਗੁਜਰੀ ਜੀ, ਮਾਤਾ ਗੁਜਰੀ ਜੀ ਦੇ ਭਰਾਤਾ ਮਾਮਾ ਕਿਰਪਾਲ ਚੰਦ ਜੀ, ਨਾਲ ਹੋਰ ਸਿੱਖ ਸਾਹਿਬਾਨ ਅਤੇ ਸੰਗਤਾਂ। ਐਸਾ ਮੰਨਿਆ ਜਾਂਦਾ ਹੈਗਾ ਕਿ ਤਕਰੀਬਨ 500-600 ਬੰਦਿਆਂ ਦਾ ਇਕੱਠ ਇਸ ਸਥਾਨ 'ਤੇ ਆ ਕੇ ਪੁੱਜਿਆ ਸੀਗਾ। ਐਸੀ ਸਥਾਨ 'ਤੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਚਨ ਉਚਾਰੇ ਕਿ ਆਪ ਦੇ ਪਿਤਾ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਉਚਾਰੇ ਸੀ ਕਿ ਗੁਰੂ ਸਾਹਿਬ ਦੇ ਘਰ ਦੇ ਵਿੱਚ ਇੱਕ ਸੋਹਣੇ ਪ੍ਰਤਾਪੀ ਪੁੱਤਰ ਦਾ ਆਗਮਨ ਹੋਏਗਾ। ਗੁਰੂ ਸਾਹਿਬ ਦੀ ਉਮਰ ਉਸ ਵਕਤ ਕੋਈ 43 ਸਾਲ ਦੀ ਸੀ, 34 ਸਾਲ ਉਹਨਾਂ ਦੇ ਵਿਆਹ ਨੂੰ ਹੋ ਚੁੱਕੇ ਸੀਗੇ ਅਤੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਸੀਗੀ। ਮਾਤਾ ਦੀ ਬੇਨਤੀ ਦੇ ਉੱਤੇ ਅਕਾਲ ਪੁਰਖ ਦੀ ਮਿਹਰ ਹੋਈ ਅਤੇ ਇਹੀ ਉਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਇੱਕ ਪਵਿੱਤਰ ਆਤਮਾ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਅਵਤਰਿਤ ਹੋਈ। ਹੁਣ ਆਪ ਜੀ ਨਾਲ ਅਸੀਂ ਸਾਂਝ ਪਾਉਂਦੇ ਹੈਗੇ ਹਾਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਬਚਪਨ ਦੇ ਵਿੱਚ, ਜਿਸ ਵਕਤ ਉਹਨਾਂ ਨੂੰ ਗੋਬਿੰਦ ਰਾਏ ਦੇ ਨਾਮ 'ਤੇ ਜਾਣਿਆ ਜਾਂਦਾ ਸੀਗਾ ਅਤੇ ਉਹ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਦੀ ਯਾਤਰਾ ਕਰ ਰਹੇ ਸੀਗੇ ਅਤੇ ਇਸ ਸਥਾਨ ਦੇ ਉੱਤੇ ਆ ਕੇ ਰੁਕੇ ਸੀ। ਇਸ ਸਥਾਨ ਦੇ ਉੱਤੇ ਜਿਸ ਵਕਤ ਬਾਲਕ ਗੁਰਬਿੰਦ ਰਾਏ ਜੀ ਆਪਣੇ ਪਰਿਵਾਰ ਸਮੇਤ ਆਏ ਅਤੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਪਹਿਲੇ ਤੋਂ ਆਉਣ ਦੇ ਕਾਰਨ ਸਿੱਖੀ ਇੱਥੋਂ ਪਹਿਲੇ ਤੋਂ ਹੀ ਪ੍ਰਫੁੱਲਿਤ ਹੋ ਚੁੱਕੀ ਸੀ। ਇੱਥੇ ਦੀ ਸਿੱਖ ਸੰਗਤਾਂ ਨੂੰ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਦੇ ਆਉਣ ਦਾ ਪਤਾ ਲੱਗਿਆ ਅਤੇ ਇੱਥੇ ਖੁਸ਼ੀ ਦਾ ਮਾਹੌਲ ਸੀਗਾ। ਸ਼ਹਿਰ ਦੀ ਸੰਗਤ ਬੜੇ ਪਿਆਰ ਨਾਲ ਬਾਲਾ ਪ੍ਰੀਤਮ ਜੀ ਦੇ ਦਰਸ਼ਨਾਂ ਲਈ ਇੱਥੇ ਪਹੁੰਚੀ ਅਤੇ ਇੱਥੇ ਖੂਬ ਰੌਣਕ ਲਗਾਈ ਗਈ। ਜਿਸ ਸਥਾਨ ਦੇ ਉੱਤੇ ਅੱਜ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਇਸ ਸਥਾਨ ਦੇ ਉੱਤੇ ਕਿਸੇ ਜ਼ਮਾਨੇ ਦੇ ਅੰਦਰ ਭਾਈ ਰਾਮ ਲੋਕ ਜੀ ਦੀ ਇੱਕ ਹਵੇਲੀ ਹੋਈ ਕਰਦੀ ਸੀ
ਜਿੱਥੇ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਠਹਿਰਾਇਆ ਸੀਗਾ। ਇਤਿਹਾਸਕਾਰਾਂ ਦਾ ਦੱਸਣਾ ਹੈਗਾ ਕਿ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਪਣੇ ਪਰਿਵਾਰ ਸਮੇਤ ਇਸ ਸਥਾਨ ਦੇ ਉੱਤੇ ਤਕਰੀਬਨ 5 ਦਿਨ ਵਾਸਤੇ ਰੁਕੇ ਅਤੇ ਉਪਰੰਤ ਇੱਥੋਂ ਫਿਰ ਅੱਗੇ ਦੀ ਔਰ ਅਯੋਧਿਆ ਦੇ ਵੱਲ ਚਾਲੇ ਪਾ ਗਏ। ਇਸ ਸਥਾਨ ਦੀ ਦੇਖ ਰੇਖ ਅਤੇ ਇੱਥੇ ਦਾ ਮੈਨੇਜਮੈਂਟ ਸ਼ੁਰੂ ਤੋਂ ਹੀ ਨਿਰਮਲੇ ਸੰਤਾਂ ਦੇ ਹੱਥ ਵਿੱਚ ਹੈ। ਮਹੰਤ ਗਿਆਨ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਹਿਲੇ ਵੀ ਮਿਲੇ ਸੀਗੇ, ਉਹ ਇੱਥੇ ਦੀ ਇਸ ਵਕਤ ਦੇਖ ਰੇਖ ਕਰਦੇ ਨੇ ਅਤੇ ਇੱਥੇ ਦੇ ਮਹੰਤ ਨੇ। रहनी रहे सोई सिख मेरा, रहनी रहे सोई सिख मेरा। इस स्थान ते भगत रामवाल सन जिन्हां दा यह स्थान सी, उन्हां दी हवेली सी। उस समय इत्थे 3-4 कमरे सन। ये जिथे महाराज का तप स्थान है, एक स्थान यह सी, ये जिथे अखंड पाठ साहब चल रहे हैं, एक कमरा यह सी बहुत बड़ा, उहदे नाल एक कमरा होर सी। सामने जिहड़ी नवीं बिल्डिंग बनी है, इहदे विच बहुत पुरानी कोठी सी जिहनूं 12 दरी कहिंदे सन। इस स्थान ते जदों महाराज ने उतारा कीता, इत्थे महाराज जी फिर 6 महीने रहे। 6 महीने रह करके गुरू जी एक दिन प्रसन्न मुंदरा विच बैठे सन, ते माता नानकी जी गुरु तेग बहादुर महाराज दे माता जी, उन्हां ने प्रसन्न मुंदरा विच देख करके तो क्या, बेटा ढाडे पिता गुरु हरगोबिंद पातशाह ने कहा सी वी ढाडे घर एक योधा पुत्र पैदा होवेगा जिहड़ा नवा धर्म नवी सृष्टि चलाएगा, तो तुसीं कृपा करके उहदे मैनू दर्शन करवाओ। साहिब श्री गुरु तेग बहादुर महाराज ने कहा, माता जी साडे वस नहीं है, वह तो बहुत ही तपस्या के कारण, जो जिहड़ी रूह ने आना बहुत तपस्या के कारण करके आएगी। माता जी ने वार वार बेनती करन ते महाराज ने कहा, जाओ गंगा स्नान करके आओ। उस समय सारी संगत मिल करके, जिनी भी संगी सारी महाराज का बचन सुन के सारे गंगा स्नान करन चले गए। जब गंगा स्नान करन गए तो उस समय माता जी, माता नानकी जिहड़े सन गुरु तेग बहादुर माता जी, उन्होंने तो नहीं जा होया, बहुत बजुर्ग सन, तो इस करके माता जी ने बेनती की भी बेटे का मूँह तो मैं देखना है, बेटे को मैं गोदी खड़ा तो आप कृपा करो। तो महाराज ने कहा भी ऐसा करो माता जी, आप चिंता ना करो, गंगा जी इतें ही आ जाएगी। फिर महाराज जी ने इतने खूह कोने के खूह है जिदे महाराज जी ने गंगा जी का प्रवेश करवाया। इतने फिर माता जी ने गुरु साहब ने इनान किया, तो उस समय पहला श्री अखंड पाठ साहब श्री गुरु तेग बहादुर साहब जी ने इस स्थान पर कराया। तो इस करके ये जो स्थान है 3-4 इतिहासों से संबंधित है। जदों इतने श्री अखंड पाठ साहब के भोग पाए गए, रहे गुरु खट मस्ते निज मैला वर दीन, फिर गुरु तेग बहादुर साहब जी ने अपनी धर्म पत्नी माता गुजरी जी ने वर दिता, तो माता जी ने वर के उपरंत गुरु गोबिंद सिंह महाराज जी माता के गर्भ में इस ही स्थान पर आए सन। इस करके गुरु गोबिंद सिंह महाराज जी ने भी इस स्थान का जिक्र किया, मुरपित पुरब की अस प्याना, पांत पांत के तीर्थ नाना, जब ही जात तिरबेनी पै, पुन दान दिन करत बतै, तही प्रकाश हमारा पयो, पटना शहर विखे पव लयो। दे महावाक अनुसार भी साडे पिता गुरु तेग बहादुर साहब जी ने इस स्थान पर साड़ी आने की आराधना की, तदा ही माता के घर में इत्थे आए। मांगो राम दे इक दान, मांगो राम दे इक दान। संग जी आप दर्शन कर रहे हैगे हो इस वक्त उस इतिहासिक खूह साहब दे जिदा जिक्र ज्ञानी जी ने भी किया सीगा, असीं भी आप जी नूं दस्या सीगा। इह ओह स्थान है जिथे इतिहासकार दसते हैं कि धन धन श्री गुरु तेग बहादुर साहब जी ने गंगा प्रकट की थी, ते अपनी माता माता नानकी जी ने तो स्वयं इतने स्नान किया सीगा। इस खूह के अंदर इस वक्त मोटर भी लगी हुई है, लेकिन थले पानी आता है। छोटिया इटा जिड़िया कि नानक शाही इटा जिन्हों आख्या जाता है, वो अपने कैमरे नाल असी आप जी दिखा रहे हैं, तुम वे दर्शन कर सकते हो। तो जोड़ा यह स्थापित करता है कि यह खूह काफ़ी इतिहासिक पुराना है, आओ आप जी भी दर्शन करो। का संग पावो सोग अगन में मन न व्या पे, आठ पहर गुण गावो, आठ पहर गुण गावो। मांगो राम दे इक दान, मांगो राम दे इक दान।
गुरद्वारा साहब पतली पतली गलियां विच होंदे हुए जिस वक्त तुसी अंदर गेट तो अंदर वड़दे हैगे हो ते कुछ सीढ़ियां चढ़न तो बाद सामने सज्जे हाथ नूं आप जी नूं दर्शन होंदे ने एक सोहणे स्थान दे जिथे निशान साहब जी सुशोभित ने। अंदर अगे जा के गुरद्वारे का मेन दरबार हाल है, बहुत वड्डा नहीं हैगा पर सोहणा बनया है। सामने पालकी साहब सुशोभित है जिथे तीन महाराज के स्वरूप विराजमान ने ते जिन्हां दे उत्ते अखंड पाठ निर्विघ्न चल रहा हुंदा है। सीढ़ियाँ उतर के गुरुद्वारे के मेन हाल तो जिस वक्त तुसी बाहर निकलते हैगे उत्ते खब्बे हाथ नूं तुहानूं एक दरवाज़ा नज़र आता है जिहड़ा तुहानूं खब्बे हाथ नूं अंदर लैके जाता है उस स्थान के उत्ते जिन्हों तन तन श्री गुरु तेग बहादुर साहब जी का तप स्थान आख्या जाता है। इस स्थान के उत्ते आप जी ने दर्शन किए उस शिला के पाए दे जिदे उत्ते तन तन श्री गुरु तेग बहादुर साहब जी बैठ के तपस्या किया करते सीगे। अंदर उन्हां दीआं दो फोटोआं भी लगियां ने, एक शंख भी पिया हैगा। पहले इत्थे एक सिरी साहब भी होंदी सीगी जिहड़ी कि इस बार सानू देखण नूं नहीं मिली। गुरु साहब दीआं निशानियां जिदे लोग दूर दूर तो आके दर्शन करदे ने। कोई आन मिलावे मेरा प्रीतम प्यारा, कोई आन मिलावे मेरा प्रीतम प्यारा। अज दे एपिसोड में आप जी ने दर्शन किए तीन तीन गुरुआं दी चरण छो प्राप्त एक ऐसे इतिहासिक स्थान जिन्हों गुरुद्वारा पक्की संगत प्रयागराज या इलाहाबाद के नाते जाणिया जांदा सीगा। कल आप जी नूं एक होर इतिहासिक स्थान के दर्शन करावांगे जिहड़ा कि उत्तर प्रदेश के अयोध्या शहर च है जिहदा पुराना नाम फैजाबाद सीगा। उस स्थान के उत्ते भी तीन तीन गुरुआं की चरण छोह प्राप्त है। कल तक वास्ते तुसीं साडे नाल बने रहो ते देखते रहो साडी इह जर्नी, स्पिरिचुअल जर्नी ऑफ द टर्बन ट्रैवलर यात्रा दशम पिता श्री गुरु गोबिंद सिंह जी, साडे यूट्यूब चैनल द टर्बन ट्रैवलर ते नाल ही PTC सिमरन के उत्ते। वाहिगुरू जी का खालसा, वाहिगुरू जी की फतेह। वाहे गुरु जी वाहा रमजा तेरिया वे बाबा, वाहा रमजा तेरिया। वाहे गुरु जी वाहे गुरु वाहा रमजा तेरिया वे बाबा, वाहा रमजा तेरिया वे तेरी माज चो वे तेरी फाज चो। वाहे गुरु जी वाहे गुरु तेरी माज चो वे तेरी फाज चो। बाबा मिलनो दलेरिया वाह रमजान।